Subscribe now and press the bell icon and never miss an update from Oops TV. Controversial reality show Big Boss, the wild card contestant, the Punjabi industry, the khoobsurat model, actress ate singer Himanshi Khurana de janam din de mauke te assi tuhade naal share karange Himanshi Khurana di life de naal jude kujh sune ansune kisse. Ve mithon tera man bhareya. मन भरिया बदल गया सारा वे तू मैनू छड जाना। ਹਿਮਾਂਸ਼ੀ ਦਾ ਜਨਮ 27 ਨਵੰਬਰ 1991 ਨੂੰ ਪੰਜਾਬ ਦੇ ਕੀਰਤਪੁਰ ਸਾਹਿਬ ਵਿਖੇ ਹੋਇਆ। ਹਿਮਾਂਸ਼ੀ ਦੀ ਫੈਮਿਲੀ 'ਚ ਉਹਨਾਂ ਦੇ ਦੋ ਛੋਟੇ ਭਰਾ ਤੇ ਮਾਤਾ ਪਿਤਾ ਨੇ। ਤੇ ਦੋਸਤੋ, ਹਿਮਾਂਸ਼ੀ ਦੀ ਹਲੇ ਤੱਕ ਮੈਰਿਜ ਨਹੀਂ ਹੋਈ ਹੈ, ਉਹ ਹਲੇ ਤੱਕ ਅਨਮੈਰਿਡ ਨੇ। ਅਗਰ ਕੁਆਲੀਫਿਕੇਸ਼ਨ ਦੀ ਗੱਲ ਕੀਤੀ ਜਾਏ ਤਾਂ ਹਿਮਾਂਸ਼ੀ ਨੇ ਆਪਣੀ ਸਕੂਲਿੰਗ ਲੁਧਿਆਣਾ ਤੋਂ ਮੈਡੀਕਲ ਸਾਇੰਸ ਦੀ ਸਟ੍ਰੀਮ 'ਚ ਪੂਰੀ ਕੀਤੀ ਤੇ ਆਪਣੀ ਸਕੂਲਿੰਗ ਪੂਰੀ ਕਰਨ ਤੋਂ ਬਾਅਦ ਉਹਨਾਂ ਨੇ ਡਿਗਰੀ ਕੀਤੀ ਹਸਪਿਟੈਲਿਟੀ ਇਨ ਐਵੀਏਸ਼ਨ ਸੈਕਟਰ ਵਿੱਚ। ਇਸ ਤੋਂ ਬਾਅਦ ਮਹਿਜ 17 ਸਾਲ ਦੀ ਉਮਰ 'ਚ ਹਿਮਾਂਸ਼ੀ ਨੇ ਮਿਸ ਲੁਧਿਆਣਾ ਕੰਟੈਸਟ ਨੂੰ ਜਿੱਤਿਆ, ਜਿਸ ਤੋਂ ਬਾਅਦ ਹਿਮਾਂਸ਼ੀ ਨੇ ਆਪਣਾ ਕਰੀਅਰ ਅੱਗੇ ਵਧਾਉਣ ਦੇ ਲਈ ਦਿੱਲੀ ਦਾ ਰੁਖ ਕੀਤਾ ਤੇ ਉੱਥੇ ਜਾ ਕੇ ਉਹ ਬ੍ਰਾਂਡ ਅੰਬੈਸਡਰ ਬਣੀ ਮੈਕ ਕੰਪਨੀ ਦੀ। ਹੁਣ ਜੇ ਗੱਲ ਕੀਤੀ ਜਾਏ ਹਿਮਾਂਸ਼ੀ ਖੁਰਾਨਾ ਦੇ ਕਰੀਅਰ ਨੂੰ ਲੈ ਕੇ ਤਾਂ ਉਹਨਾਂ ਦਾ ਕਰੀਅਰ ਸ਼ੁਰੂ ਹੋਇਆ ਸੀ ਸਾਲ 2010 ਵਿੱਚ ਪੰਜਾਬੀ 뮤직 ਇੰਡਸਟਰੀ ਵਿੱਚ। ਉਹਨਾਂ ਨੇ ਕੁਲਦੀਪ ਮਾਨਕ ਜੀ ਦੇ ਸੌਂਗ ਜੋੜੀ ਵਿੱਚ ਐਜ਼ ਅ ਮਾਡਲ ਡੈਬਿਊ ਕੀਤਾ ਸੀ, ਮਗਰ ਜਿਸ ਗਾਣੇ ਦੇ ਨਾਲ ਹਿਮਾਂਸ਼ੀ ਖੁਰਾਨਾ ਨੂੰ ਪਹਿਚਾਣ ਮਿਲੀ ਉਹ ਸੀ ਹਾਰਡੀ ਸੰਧੂ ਦਾ ਸੌਂਗ ਸੋਚ। ਇਸ ਸੌਂਗ ਤੋਂ ਬਾਅਦ ਹਿਮਾਂਸ਼ੀ ਦਾ ਕਰੀਅਰ ਗ੍ਰਾਫ ਉੱਤੇ ਨੂੰ ਹੀ ਵਧਦਾ ਗਿਆ। ਜੇ ਹਿਮਾਂਸ਼ੀ ਖੁਰਾਨਾ ਦੇ ਫਿਲਮੀ ਕਰੀਅਰ ਦੀ ਗੱਲ ਕੀਤੀ ਜਾਏ ਤਾਂ ਉਹਨਾਂ ਨੇ ਹੁਣ ਤੱਕ 3 ਪੰਜਾਬੀ ਫਿਲਮਾਂ 'ਚ ਕੰਮ ਕੀਤਾ ਹੈ। ਜਿਸ ਫਿਲਮ ਤੋਂ ਉਹਨਾਂ ਨੂੰ ਬਹੁਤ ਜ਼ਿਆਦਾ ਫੇਮ ਮਿਲਿਆ ਉਹ ਸੀ ਸਾਡਾ ਹੱਕ। ਇਸ ਤੋਂ ਇਲਾਵਾ ਹਿਮਾਂਸ਼ੀ ਨੇ ਪੰਜਾਬੀ ਇੰਡਸਟਰੀ 'ਚ ਐਜ਼ ਅ ਸਿੰਗਰ ਵੀ ਪਹਿਚਾਣ ਬਣਾਈ। ਹਾਈ ਸਟੈਂਡਰਡ ਸੌਂਗ ਦੇ ਨਾਲ ਹਿਮਾਂਸ਼ੀ ਨੇ ਆਪਣਾ ਸਿੰਗਿੰਗ ਡੈਬਿਊ ਕੀਤਾ, ਜਿਸ ਨੂੰ ਆਡੀਅੰਸ ਵੱਲੋਂ ਕਾਫੀ ਪਿਆਰ ਮਿਲਿਆ ਸੀ। ਹਿਮਾਂਸ਼ੀ ਖੁਰਾਨਾ ਬਿਗ ਬੌਸ ਸੀਜ਼ਨ 13 ਦੀ ਵਜ੍ਹਾ ਦੇ ਨਾਲ ਚਰਚਾ 'ਚ ਹੈ। ਇਸ ਸ਼ੋਅ ਵਿੱਚ ਹਿਮਾਂਸ਼ੀ ਵਰਸਿਸ ਸ਼ਹਿਨਾਜ਼ ਗਿੱਲ ਦੀ ਨੋਕਝੋਂਕ ਆਏ ਦਿਨ ਚਰਚਾ ਦਾ ਵਿਸ਼ਾ ਬਣਦੀ ਹੈ। ਖੈਰ, ਅਸੀਂ ਉਮੀਦ ਕਰਦੇ ਹਾਂ ਕਿ ਹਿਮਾਂਸ਼ੀ ਆਪਣੇ ਕਰੀਅਰ 'ਚ ਏਦਾਂ ਹੀ ਰਾਈਜ਼ ਐਂਡ ਸ਼ਾਈਨ ਕਰਦੀ ਰਹੇ। ਫਿਲਹਾਲ ਲਈ ਬਸ ਇੰਨਾ ਹੀ। ਇਸ ਤਰ੍ਹਾਂ ਦੀਆਂ ਹੋਰ ਲੇਟੈਸਟ ਵੀਡੀਓ ਅਪਡੇਟਸ ਦੇ ਲਈ ਤੁਸੀਂ ਦੇਖਦੇ ਰਹੋ ਉਪਸ ਟੀਵੀ।